Metro. ਸਤਿ ਸ੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਟੀਚਰ ਰਿਅਲਿਸਟਿਕ ਇੱਕ ਵਾਰੀ ਫੇਰ ਮੈਂ ਆ ਗਿਆ ਵਾਪਸ। ਥੋੜ੍ਹਾ ਜਿਹਾ ਰਹਿ ਗਿਆ ਸੀ ਕੰਮ ਵਿੱਚ ਜੇ ਲੇਟ ਹੋ ਗਿਆ ਆਪਾਂ ਵੀਡੀਓ ਲਈ, ਕਿਉਂਕਿ ਜੀ ਮੈਂ ਨਵੀਂ ਫੀਲਡ ਦੇ ਵਿੱਚ ਐਂਟਰ ਕਰ ਲਿਆ ਕੰਮ ਦੇ ਲਈ, ਅਤੇ ਮੈਂ ਆਈ ਟੀ ਦੀ ਫੀਲਡ ਦੇ ਵਿੱਚ ਆ ਗਿਆ, ਇਨਫੋਰਮੇਸ਼ਨ ਐਂਡ ਟੈਕਨੋਲੋਜੀ ਕੰਪਿਊਟਰਸ ਐਂਡ ਆਲ। ਅਤੇ ਮੈਂ ਪਹਿਲਾਂ ਸੀਗਾ ਜੀ ਕਾਰਪੈਂਟਰੀ ਦੇ ਵਿੱਚ ਕਰਦਾ ਸੀ ਕੰਮ, ਹੈ ਨਾ, ਥੋੜ੍ਹਾ ਬਹੁਤਾ ਆਈ ਟੀ ਦਾ ਮੈਂ ਕਰਦਾ ਹੁੰਦਾ ਸੀ। ਕਾਫੀ ਰੀਜ਼ਨ ਹੈਗੇ ਨੇ ਇਹਦੇ ਪਿੱਛੇ ਵੀ ਜੀ, ਸਭ ਤੋਂ ਪਹਿਲਾਂ ਤਾਂ ਕਿ ਮੇਰੀ ਸਿਹਤ, ਕੈਨੇਡਾ ਦੇ ਵਿੱਚ ਸਿਹਤ ਸਭ ਤੋਂ ਇੰਪੋਰਟੈਂਟ ਆ ਰਹੀ, ਸਿਹਤ ਨਹੀਂ ਹੈਗੀ ਤਾਂ ਫਿਰ ਤੁਸੀਂ ਮਤਲਬ ਕਿ ਕੰਮ ਨਹੀਂ ਕਰ ਸਕਦੇ, ਡਾਲਰ ਨਹੀਂ ਬਣਾ ਸਕਦੇ, ਸੋ ਕੁਛ ਕਰੋਗੇ ਨਹੀਂ, ਕੁਛ ਕਰ ਨਹੀਂ ਪਾਓਗੇ ਤਾਂ ਉਸ ਕੰਮ ਦਾ ਕੀ ਫਾਇਦਾ ਰਹੇ। ਮੈਂ ਜੀ ਹਾਂਜੀ ਇਨਫੈਕਸ਼ਨ ਮੇਰੇ ਸਾਈਨਸ ਦੀ ਹੋ ਜਾਂਦੀ ਸੀ, ਸਾਹ ਟੈਸਟ ਕਰਕੇ ਜਿਹੜੀ ਲੱਕੜ ਦਾ ਪੂਰਾ ਵਗੈਰਾ ਸੀ ਨਾ, ਉਹਦੇ ਨਾਲ ਜ਼ਿਆਦਾ ਥੋੜ੍ਹੀ ਹੋ ਜਾਂਦੀ ਸੀ, ਦੋ ਹਫ਼ਤੇ ਕੰਮ ਚਾਹੀਦਾ ਸੀ, ਥੋੜ੍ਹਾ ਬਿਮਾਰ ਹੋ ਜਾਈਦਾ ਸੀ, ਅੱਧੇ ਦਿਨ ਫਿਰ ਰਹਿਣਾ ਪੈਂਦਾ ਸੀ। ਅਤੇ ਮੈਂ ਕਿਹਾ ਮਤਲਬ ਕਿ ਚਲੋ ਇੰਨਾ ਐਕਸਪੀਰੀਅੰਸ ਹੋ ਗਿਆ ਸੀ ਉਸ ਕੰਮ ਦਾ ਵਿੱਚ, ਆਪਾਂ ਨੂੰ ਪਤਾ ਲੱਗ ਗਿਆ ਸੀ, ਬਟ ਫਿਰ ਵੀ ਸਿਹਤ ਕਰਕੇ ਮੈਨੂੰ ਛੱਡਣਾ ਪਿਆ ਅਤੇ ਆਈ ਟੀ ਦੀ ਫੀਲਡ ਦੇ ਵਿੱਚ ਮੈਂ ਆ ਗਿਆ। ਅਤੇ ਸਿਹਤ ਦੂਸਰਾ ਥੋੜ੍ਹੀ ਲਾਈਫ ਈਜ਼ੀ ਵੀ ਹੋ ਜਾਂਦੀ ਹੈ ਆਈ ਟੀ ਦੇ ਵਿੱਚ, ਕਿਉਂਕਿ ਮੈਂ ਟੈਕਨੀਕਲ ਬੈਕਗਰਾਊਂਡ ਸੀ, ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਕੀਤੀ ਸੀ ਇੰਡੀਆ ਤੋਂ, ਅਤੇ ਉਹ ਆਪਣਾ ਥੋੜ੍ਹਾ ਐਜ ਹੈਗਾ ਸੀ ਟੈਕਨੀਕਲ, ਥੋੜ੍ਹਾ ਬਹੁਤਾ ਮੈਂ ਕੰਮ ਆਈ ਟੀ ਦੇ ਵਿੱਚ ਕਰਦਾ ਰਿਹਾ ਸੀ ਇੰਡੀਆ ਦੇ ਵਿੱਚ ਵੀ, ਅਤੇ ਇੱਥੇ ਆ ਕੇ ਵੀ ਜੇ ਤੁਸੀਂ ਸਟੱਡੀ ਵੀ ਕੀਤੀ ਆਈ ਟੀ ਫੀਲਡ ਦੇ ਵਿੱਚ ਤਾਂ ਤੁਹਾਡਾ ਸਕੋਪ ਹੈਗਾ ਵਾ, ਨੋ ਡਾਊਟ ਸਟੇਟ ਦੇ ਵਿੱਚ ਜਿਵੇਂ ਕੋਰਸ ਹੈਗਾ ਜਿੱਥੇ ਮੈਂ ਜਿਵੇਂ ਕਿ ਅਲਤਰੀ ਰਹਿੰਦਾ, ਉੱਥੋਂ ਦੇ ਬੱਚੇ ਵੀ ਸਾਡੀ ਟੀਮ 'ਚ ਜਿਹੜੇ ਪਾਸ ਆਊਟ ਹੋਏ ਨੇ, ਸਾਡੀ ਟੀਮ 'ਚ ਹਾਇਰਡ ਹੋਏ ਨੇ, ਨਾਲ ਹੁਣ ਅਸੀਂ ਕਰ ਰਹੇ ਜੀ ਅਲਬਰਟਾ ਦੇ ਜਿੰਨੇ ਵੀ ਹੋਸਪਿਟਲ ਨੇ ਉਹਦੇ ਵਿੱਚ ਕੰਪਿਊਟਰ ਅਪਗ੍ਰੇਡ ਕਰਨੇ ਆ, ਜਾਂ ਨਵੇਂ ਨਵੇਂ ਆਈ ਟੀ ਦੇ ਪ੍ਰੋਡਕਟਸ ਜਿਵੇਂ ਡਿਵਾਈਸਿਸ ਲਗਾਉਣੇ ਆ ਜਿਹੜੇ ਕਿ ਹੈਲਪ ਕਰ ਸਕਣ ਡਾਕਟਰਸ ਨਰਸ ਨੂੰ, ਹੈ ਨਾ, ਪੇਸ਼ੈਂਟਸ ਦੀ ਹੈਲਪ, ਉਹ ਸਾਰਾ ਕੰਮ ਜਿਹੜਾ ਸਾਡੀ ਕੰਪਨੀ ਨੇ ਲਿਆ ਆ ਵਾ ਅਲਬਰਟਾ ਹੈਲਥ ਕੇਅਰ ਤੋਂ, ਅਤੇ ਉਹਦੇ ਲਈ ਬੱਚੇ ਉਹ ਨਵੇਂ ਵੀ ਆਏ ਉਹ ਵੀ ਸਾਡੇ ਨਾਲ ਕੰਮ ਕਰ ਰਹੇ। ਹੁਣ ਮੈਂ ਰਾਈਡ ਕਰਕੇ ਉੱਧਰ ਹੀ ਜਾ ਰਿਹਾ, ਕਿਉਂਕਿ ਡਿਫਰੈਂਟ ਡਿਫਰੈਂਟ ਟਾਊਨਸ ਵੀ ਨੇ ਛੋਟੇ ਛੋਟੇ, ਫਿਲਹਾਲ ਉਹ ਕਵਰ ਕਰਨੇ ਨੇ। ਪਹਿਲਾਂ ਜੀ ਕੈਲਗਰੀ ਸੀ, ਕੈਲਗਰੀ ਤੋਂ ਰੈਡੀਗਰ ਹੈਗਾ ਇੱਕ ਪਿੰਡ ਜਾਂ ਤੁਸੀਂ ਸੁਣਿਆ ਹੋਵੇ, ਫਿਰ ਡਰਮ ਹੈਲਰ ਹੈਗਾ ਉੱਥੇ ਆਏ, ਹੁਣ ਕੋਰਨੇਸ਼ਨ ਹੈਗਾ ਕਰਕੇ ਉੱਥੇ ਜਾ ਰਿਹਾ, ਛੋਟਾ ਜਿਹਾ ਪਿੰਡ ਆ, ਅਤੇ ਜਾ ਕੇ ਵੇਖਾਂਗੇ। ਹੁਣ ਮੈਂ ਉੱਥੇ ਜਾ ਰਿਹਾ ਵਾਂ, ਗੱਡੀ ਮੇਰੀ ਆ ਨਾ ਰਹੇ। ਸੋ ਆਈ ਟੀ ਦੇ ਵਿੱਚ ਫਾਇਦੇ ਕੀ ਆ, ਰੀਅਲੀ ਡਿਪੈਂਡਸ ਔਨ ਯੂਅਰ ਕੰਪਨੀ ਕਿ ਕਿੱਦਾਂ ਕਰ, ਹੋਟਲ ਵਗੈਰਾ ਕਰਦੇ ਨੇ ਸਾਰੇ, ਬਾਕੀ ਤੁਹਾਨੂੰ ਖਾਣ ਪੀਣ ਦਾ ਖਰਚਾ ਡੇਲੀ ਬੇਸਿਸ 'ਤੇ ਮਿਲਦਾ ਰਹੇ, ਜੋ ਤੁਸੀਂ ਬ੍ਰੇਕਫਾਸਟ ਲੰਚ ਐਂਡ ਡਿਨਰ ਕਰਨਾ ਕੰਪਨੀ ਵੀ ਕਰ ਰਹੀ ਹੈ, ਪੈਸੇ ਵੀ ਸਟਾਰਟਿੰਗ ਗੁੱਡ ਮਿਲ ਰਹੀ ਆ, ਇੰਨੀ ਕੋਈ ਗੱਲ ਨਹੀਂ। ਜਿਹੜੇ ਨਵੇਂ ਬੱਚੇ ਵੀ ਨਿਕਲਦੇ ਆ ਉਹਨਾਂ ਨੂੰ ਜਿਵੇਂ $20 $19 ਤੋਂ ਪਰ ਆਵਰ ਦੇ ਹਿਸਾਬ ਨਾਲ ਦਿੰਦੇ ਆ ਕੰਪਨੀ, ਬਾਕੀ ਡਿਪੈਂਡ ਕਰਦਾ ਕੰਪਨੀ ਦੇ ਉੱਤੇ। ਪ੍ਰੋਜੈਕਟ ਬੇਸ ਕੰਮ ਆ ਫਿਲਹਾਲ, ਵੀ ਪ੍ਰੋਜੈਕਟ ਤੋਂ ਪ੍ਰੋਜੈਕਟ ਆਪਾਂ ਮੂਵ ਕਰਦੇ ਹਾਂ ਅੱਗੇ ਤੋਂ ਅੱਗੇ, ਹੁਣ ਇੱਕੋ ਪ੍ਰੋਜੈਕਟ ਆ ਵੱਖਰੇ ਵੱਖਰੇ ਸ਼ਹਿਰਾਂ ਦੇ ਵਿੱਚ, ਉੱਥੇ ਜਾ ਰਿਹਾ। ਹੁਣ ਮੈਂ ਤੁਹਾਨੂੰ ਦਿਖਾਉਣਾ, ਹੁਣ ਮੈਂ ਜਾ ਰਿਹਾ ਜਿਵੇਂ ਲਗਭਗ ਮੈਨੂੰ ਹੋਰ 40 ਮਿੰਟ ਲੱਗਣੇ ਆ ਪਹੁੰਚਣ ਲਈ। ਤੁਹਾਨੂੰ ਬਾਹਰ ਦਾ ਵੀ ਵਿਖਾ ਦੇਣਾ ਨਜ਼ਾਰਾ, ਕੈਨੇਡਾ ਵੇਖ ਲਓ, ਉਹ ਦੇਖ ਸੁਣੋ ਕੁਛ ਵੇਖਦਾ ਇੱਧਰ, ਦੂਰ ਦੂਰ ਤੱਕ ਸਾਰੀ ਖਾਲੀ ਜ਼ਮੀਨ ਪਈ ਆ, ਆਹ ਸੜਕ ਦੇ ਕੋਈ ਨਹੀਂ ਆਉਂਦਾ ਇੱਥੇ, ਅਤੇ ਇੱਧਰ ਨੂੰ ਵੀ ਵੇਖ ਲਓ ਕੋਈ ਨਹੀਂ ਆਉਂਦਾ, ਰਾਈ ਸਾਰੀ ਜ਼ਮੀਨ ਹੀ ਪੈ। ਮੈਂ ਥੋੜ੍ਹਾ ਜਿਹਾ ਗਲਤ ਰਾਹ ਪੈ ਗਿਆ ਸੀ ਪਹਿਲਾਂ, ਵੀਡੀਓ ਬਣਾਉਂਦਾ ਬਣਾਉਂਦਾ ਮਿਸ ਕਰ ਗਿਆ। ਚਲੀਏ ਅੰਦਰ, ਠੰਡ ਬਹੁਤ ਹੋ ਗਈ। ਹਾਂ, ਇੰਨੇ ਕੁ ਚਿਰ 'ਚ ਹੀ ਨਜ਼ਾਰਾ ਆ ਗਿਆ, ਹੋ ਜੀ ਜੂਨ ਸਭ ਥੱਕ ਗਈ। ਚਲੋ ਚੱਲਦੇ ਅਸੀਂ ਆਪਣੀ ਮੰਜ਼ਿਲ 'ਤੇ, ਅਤੇ ਬਾਕੀ ਕੰਟੀਨਿਊ ਕਰਦੇ ਹਾਂ ਗੱਲਬਾਤ ਵਿੱਚ। ਸਾਰਾ ਖੁੱਲ੍ਹੀ ਜਗ੍ਹਾ ਕੈਨੇਡਾ, ਤਾਂ ਹੀ ਸੱਦੀ ਜਾਂਦੇ ਕਿ ਆ ਜਾਓ ਜਿੰਨੇ ਆਉਣਾ ਜਿਹੜਾ ਆ ਸਕਦਾ ਰਾਈਟ, ਆ ਕਿੰਨੀ ਖੁੱਲ੍ਹੀ ਜਗ੍ਹਾ ਦੇਖੋ ਤੁਸੀਂ, ਅਤੇ ਸਭ ਕੁਛ, ਅਤੇ ਹਾਂ ਜੀ। ਸੋ ਜੀ ਇਹ ਮੇਨ ਕਾਰਨ ਸੀ ਕਿ ਮੈਂ ਆਈ ਟੀ ਦੇ ਵਿੱਚ ਆ ਗਿਆ। ਹੁਣ ਵੀਡੀਓਜ਼ ਕੋਸ਼ਿਸ਼ ਕਰਾਂਗਾ ਬੈਕ ਟੂ ਬੈਕ ਬਣਾਵਾਂ, ਕਿਉਂਕਿ ਥੋੜ੍ਹਾ ਨਵੀਂ ਜੋਬ ਕਰਕੇ ਯੂਨੋ ਥੋੜ੍ਹਾ ਬਿਜ਼ੀ ਰਹਿੰਦਾ, ਬੰਦੇ ਨੂੰ ਕੰਸਨਟ੍ਰੇਟ ਵੀ ਕਰਨਾ ਪੈਂਦਾ ਕਿ ਹਾਂ ਕੁਛ ਮੈਂ ਜ਼ਿਆਦਾ ਢਿੱਲ ਨਾ ਵਰਤਾਂ।
ਯਾ ਹੁਣ ਥੋੜਾ ਆਪਾਂ ਯੂਜ਼ ਟੂ ਹੋ ਗਏ ਆ ਕਿਸ ਤਰ੍ਹਾਂ ਕੰਮ ਹੁੰਦਾ ਕੀ ਨਹੀਂ, ਤੇ ਆਪਾਂ ਬੈਕ ਟੂ ਬੈਕ ਵੀਡੀਓਜ਼ ਬਣਾਵਾਂਗੇ ਇਹਦੇ ਨਾਲ ਰਿਲੇਟਡ, ਤੇ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ। ਤੁਸੀਂ ਬਣੇ ਰਹੋ ਜੀ ਸਾਡੇ ਨਾਲ, ਬਹੁਤ ਚੰਗਾ ਲੱਗਦਾ ਜੋ ਤੁਸੀਂ ਆਪਾਂ ਨੂੰ ਮੈਸੇਜ ਵਗੈਰਾ ਕਰਦੇ ਹੋ, ਕੋਈ ਤੁਹਾਡੀ ਕੁਐਰੀ ਹੋ ਪੁੱਛਦੇ ਹੋ ਇੰਸਟਾਗ੍ਰਾਮ 'ਤੇ, ਮੈਂ ਕੋਸ਼ਿਸ਼ ਕਰੂੰਗਾ ਸਾਰੀਆਂ ਚੀਜ਼ਾਂ 'ਤੇ ਜਵਾਬ ਦੇਵਾਂ। ਕਈ ਵਾਰੀ ਕੀ ਹੁੰਦਾ ਜੀ ਨਹੀਂ ਦਿੱਤੇ ਜਾਂਦੇ, ਕਿਉਂਕਿ ਜੈਸੇ ਮੈਂ ਥੋੜ੍ਹਾ ਬਿਜ਼ੀ ਅਤੇ ਕਈ ਚੀਜ਼ ਦਾ ਮੈਨੂੰ ਪਤਾ ਵੀ ਨਹੀਂ ਹੁੰਦਾ, ਅਤੇ ਗਲਤ ਦੱਸਣ ਨਾਲੋਂ ਨਹੀਂ ਦੱਸਣਾ ਜ਼ਰੂਰੀ। ਠੀਕ ਆ, ਵਧੀਆ। ਸੋ ਬਾਕੀ ਸਪੋਂਸਰਸ਼ਿਪ ਦਾ ਨਾ ਜ਼ਿਆਦਾ ਪੁੱਛਿਆ ਕਰੋ, ਕਿਉਂਕਿ ਨਾ ਆਪਾਂ ਉਸ ਕੰਮ ਗਏ ਹਾਂ, ਉਹ ਜਿਵੇਂ ਕਹਿ ਲਓ ਪੁੱਠਾ ਕੰਮ, ਪੁੱਠਾ ਰੂਟ ਆ, ਨੰਬਰ 2 ਕੰਮ ਆ, ਕਿਉਂਕਿ ਇੱਥੇ ਸਾਰੇ ਵੇਚਦੇ ਆ ਸਪੋਂਸਰਸ਼ਿਪ। ਸਿੱਧੀ ਗੱਲ ਆ, ਉਹ ਪੈਸੇ ਲੈਂਦੇ ਆ ਵੀ ਇੰਨੇ ਪੈਸੇ ਦੇ ਦਿਓ ਤੁਹਾਨੂੰ ਸਪੋਂਸਰ ਦੇ ਦਾਂਗੇ, ਪੈਸੇ ਬਹੁਤ ਬਹੁਤ ਨਹੀਂ ਦੀ, 40-40 ਲੱਖ 20-20 ਲੱਖ ਉਹ ਮੰਗੇ ਜਾਂਦੇ ਆ। ਸੋ ਕੋਈ ਸੈਂਸ ਨਹੀਂ ਬਣਦੀ। ਆਪਾਂ ਸਿੱਧੇ ਤਰੀਕੇ ਵਾਲੀਆਂ ਗੱਲਾਂ ਦੱਸਾਂਗੇ, ਪੁੱਠੇ ਤਰੀਕੇ ਵਾਲੀਆਂ ਤੁਸੀਂ ਰਿਸਕ ਹੁੰਦਾ ਜੀ, ਅਤੇ ਮੈਂ ਚਾਹੁੰਦਾ ਕਿ ਜਿਹੜੇ ਪੈਸੇ ਮੰਨ ਗਏ ਗਰੀਬ ਦੇ, ਕਿਉਂਕਿ ਕਿੱਧਰੋਂ ਕਿੱਧਰੋਂ ਫੜ ਕੇ ਦੇਣੇ ਆ ਰਹੇ। ਸੋ ਉਹ ਗੱਲ ਚੰਗੀ ਨਹੀਂ। ਬਾਕੀ ਆਪਾਂ ਮਿਲਦੇ ਰਹਾਂਗੇ, ਨਵੀਆਂ ਨਵੀਆਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸੋ ਟੇਕ ਕੇਅਰ, ਕੀਪ ਵਾਚਿੰਗ, ਅਤੇ ਲਵ ਯੂ। ਮਿਲਦੇ ਹਾਂ ਅਗਲੀ ਵੀਡੀਓ 'ਚ।